रात दे 1 बजे एंड मूड बहुत ज़्यादा ख़राब है, सो आई एम गोइंग आउट। देखते कितने जाने। रात दा 1 बजे एंड खाली सुनसान सड़क, नींद का कोई नामो निशान नहीं, मूड दी बैंड वजी पई आ, सो पता नहीं कितने जाना। पर पहले तो खान पीन जाना, मेरी फेवरेट प्लेस बफलो वाइल्ड विंग, सो लेट्स गो देयर, क्योंकि वही 2 बजे तक खुले होंगे आ। 1:15 हो चुके वा, 30 मिनट की ड्राइव है इतों, रेस्ट सी। यार दिन दे विच इन्ना ज़्यादा रश होंदा इत्थे, सारे हुण घरां च बैठे आ, पर सारे अपने अर्गे पागल थोड़ी आ, रात नूं 1 बजे बाहर निकले आ। सो लेट्स सी किथे जाने आ। किरबी रोड चले आपां। वैसे मैं उत्थे पहला भी विजिट किया हुआ बहुत पहला, बट हुण जा रहे हैं। पहले मैं थोड़े दिन के टाइम च गई सी, हुण रात दे 1:30 बज गया, 1:35 हो गया, सो आपां हुण जा रहे किरबी रोड एंड तुहानूं मैं वे दिखाउणी आ। ਜੇ ਇੱਥੇ ਕਿਸੇ ਭੂਤ ਨੇ ਫੜ ਲਿਆ, ਤੁਹਾਨੂੰ ਮੇਰੇ ਫੋਨ ਦਾ ਪਾਸਵਰਡ ਪਤਾ, ਮੇਰੇ ਭਰਾ ਨੂੰ ਫੋਨ ਲਾਉਣਾ ਚੰਗਾ। ਸੋ ਨਾਓ ਵੀ ਬੋਥ ਹੈਵ ਡਿਸਾਈਡਡ, ਅਸੀਂ ਇੱਕ ਦੂਜੇ ਦੇ ਪਾਸਵਰਡ ਚੇਂਜ ਕਰ ਲਏ ਫੋਨ ਦੇ, ਇਫ ਕੁਛ ਵੀ ਹੁੰਦਾ ਤਾਂ ਅਸੀਂ ਇੱਕ ਦੂਜੇ ਦੀ ਫੈਮਿਲੀ ਨੂੰ ਦੱਸ ਦੇਣਾ। ਦੈਟਸ ਇਟ, ਡੀਲ ਡੀਲ। ਹਾਲੇ ਵੈਸੇ ਸੁਨਸਾਨ ਆ ਅਤੇ ਮੈਨੂੰ ਇੱਥੇ ਹਾਲੇ ਡਰਾਉਣਾ ਸ਼ੁਰੂ ਕੀਤਾ ਜਾ ਰਿਹਾ, ਬਟ ਮੈਂ ਡਰ ਨਹੀਂ ਰਿਹਾ। ਅੱਖਾਂ ਕੱਢ ਕੇ ਥੋੜ੍ਹਾ ਜਿਹਾ ਇੱਦਾਂ ਸੀਨ ਕ੍ਰੀਏਟ ਕੀਤਾ ਜਾ ਰਿਹਾ ਵੀ ਓ ਮਾਈ ਗੋਡ, ਨਾ ਉਹ ਕੁਛ ਆ ਗਿਆ। ਗੁੰਮਨਾਮ ਹੈ ਕੋਈ, ਵੈਸੇ ਕਹਿੰਦੇ ਇੱਥੇ ਡਰ ਬਹੁਤ ਲੱਗਦਾ ਹੈ ਨਾ, ਗੱਡੀਆਂ ਆਪੇ ਹੀ ਸਟਾਰਟ ਹੋ ਜਾਂਦੀਆਂ, ਮਤਲਬ ਮੈਂ ਵੀਡੀਓਜ਼ ਦੇਖੀਆਂ ਹੋਈਆਂ, ਮੈਨੂੰ ਬਿਲੀਵ ਨਹੀਂ ਆ। ਮੈਂ ਫਸਟ ਟਾਈਮ ਵੀ ਗਈ ਸੀ ਤਾਂ ਮੈਨੂੰ ਉੱਥੇ ਕੁਛ ਦਿਖਿਆ ਨਹੀਂ ਇੱਦਾਂ ਦਾ ਸੱਚ। ਸੋ ਹੁਣ ਆਪਾਂ ਰਾਤ ਦੇ ਮਤਲਬ ਆਲਮੋਸਟ 2 ਵੱਜਣ ਵਾਲੇ ਆ, ਇਟਸ 1:39 ਅਤੇ ਆਪਾਂ ਜਾ ਰਹੇ ਹਾਂ, ਬਟ ਹਾਲੇ ਆਇਆ ਨਹੀਂ ਆ, ਦੇਖਦੇ ਹਾਂ ਅੱਗੇ ਕੀ ਹੁੰਦਾ। ਆਹ ਰਸਤੇ 'ਤੇ ਇੱਕ ਵੀ ਗੱਡੀ ਨਾ ਆਉਂਦੀ ਪਈ ਆ ਨਾ ਜਾਂਦੀ ਪਈ ਆ, ਐਂਡ ਮੈਨੂੰ ਹੁਣ ਸੱਚੀ ਡਰ ਲੱਗਣ ਲੱਗ ਗਿਆ, ਬਟ ਆਈ ਐਮ ਵੈਰੀ ਮੱਚ ਐਕਸਾਈਟਡ। ਮੈਂ ਹੁਣ ਤੁਹਾਨੂੰ ਬੈਕ ਕੈਮਰਾ ਕਰਕੇ ਨਹੀਂ ਦਿਖਾ ਸਕਦਾ, ਓਹ ਮਾਈ ਗੋਡ ਜਿਹੜੀਆਂ ਹਰਕਤਾਂ ਹੁੰਦੀਆਂ, ਪੂਰਾ ਸ਼ੋ ਕੀਤਾ ਜਾ ਰਿਹਾ ਕਿ ਹਾਂ ਕੁਛ ਕੁਛ ਹੋ ਗਿਆ, ਐਂਡ ਹੁਣ ਪੈ ਜਾਣੀ ਆ ਚਪੇੜ ਕੁੱਟ ਪੈਣੀ। ਸੱਚੀ ਮੰਮੀ ਨੂੰ ਫੋਨ ਲਾ ਲੱਗੀ ਆ, ਮੰਮੀ ਕੁਛ ਹੋ ਗਿਆ, ਠੀਕ ਆ। ਵੈਸੇ ਮੰਮੀ ਨੇ ਵਲੌਗ ਦੇਖਣਾ, ਤੁਹਾਡੇ ਪੈ ਜਾਣੀਆਂ ਚਪੇੜਾਂ। ਓ ਮਾਈ ਗੋਡ। ਓਕੇ ਓ ਮਾਈ ਗੋਡ ਬਾਬਾ ਜੀ, ਚਲੋ ਦੇਖਦੇ ਹਾਂ ਨੈਕਸਟ ਅੱਗੇ ਕੀ ਹੁੰਦਾ। ਇੱਥੇ ਦੀ ਪੁਰਾਣੀਆਂ ਵੀਡੀਓਜ਼ ਦੇਖੀਏ ਨਾ, ਤਾਂ ਮੈਂ ਲਾਸਟ ਇੱਕ ਵੀਡੀਓ ਦੇਖੀ ਸੀ ਕਿ ਕਿਸੇ ਬੰਦੇ ਨੇ ਗੱਡੀ ਖੜਾਈ ਐਂਡ ਉਹਦੀ ਗੱਡੀ ਆਪੇ ਹੀ ਸਟਾਰਟ ਹੋ ਗਈ ਅਤੇ ਆਪੇ ਹੀ ਮੂਵ ਹੋ ਗਏ। ਆਹ ਵਾ ਕਿਰਬੀ ਰੋਡ, ਬਿਲਕੁਲ ਸੁਨਸਾਨ ਆ। ਸੋ ਬਾਬਾ ਜੀ ਮਿਹਰ ਕਰਨ, ਮੈਨੂੰ ਸੱਚੀ ਬਹੁਤ ਜ਼ਿਆਦਾ ਡਰ ਲੱਗਣ ਲੱਗ ਗਿਆ ਹੁਣ, ਫਸਟ ਟਾਈਮ ਆਈ ਸੀ ਉਦੋਂ ਨਹੀਂ ਡਰ ਲੱਗਾ ਸੀ ਇੰਨਾ, ਹੁਣ ਮੇਰੇ ਨਾਲ ਇੱਦਾਂ ਦਾ ਸ਼ੈਤਾਨ ਜਿਹਾ ਬੰਦਾ। ਇਸ ਲਈ ਵੈਸੇ ਮੇਨ ਤਾਂ ਇੱਥੇ ਘਰ ਲੋਕ ਰਹਿੰਦੇ ਆ, ਇੱਦਾਂ ਦਾ ਕੋਈ ਇਸ਼ੂ ਹੈ ਨਹੀਂ, ਬਟ ਪਤਾ ਨਹੀਂ ਕਿਉਂ ਡਰ ਲੱਗਦਾ।
ਕਹਿੰਦੇ ਤੇ ਘਰ ਜਿਹਾ ਇੱਕ ਬੰਦ ਹਨਾ ਬੰਦ ਘਰ ਆ ਆਪਾਂ ਉਤਰ ਕੇ ਦੇਖੀਏ ਨਹੀਂ 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 ਮੈਂ ਨਹੀਂ ਉਤਰਨਾ ਆ ਜਿਹੜੇ ਘਰ ਦੀਆਂ ਲਾਈਟਸ ਇਹ ਚੱਲਦੀਆਂ ਰਹਿੰਦੀਆਂ ਆ ਲਾਈਟ ਇਹ ਸਮਥਿੰਗ ਕੁਛ ਕੋਈ ਸਟੋਰੀ ਆ ਮੈਨੂੰ ਸਟੋਰੀ ਨਹੀਂ ਪਤਾ ਇੱਧਰਲੀ ਸਾਈਡ ਇੱਕ ਘਰ ਆ ਬਿਲਕੁਲ ਕੋਰਨਰ ਤੇ ਉਹਦੀ ਲਾਈਟ ਚੱਲਦੀ ਰਹਿੰਦੀ ਆ ਦੈਟ ਆਈ ਨੋ ਫੋਰ ਸ਼ੋਰ ਇੱਧਰਲੇ ਪਾਸੇ ਇੱਕ ਘਰ ਆ ਪੂਰੀ ਲਾਈਟਾਂ ਚੱਲਦੀਆਂ ਰਹਿੰਦੀਆਂ ਹੁੰਦੀਆਂ 24 ਘੰਟੇ ਹਨਾ ਰਾਤ ਨੂੰ ਆਪੀ ਚੱਲ ਪੈਂਦੀਆਂ I don't know की स्टोरी है बट मैं YouTube ते देखा सी नाइस बस ते किरबी रोड खत्म हो रहा है ना वैसे लोग रहंदे यार इत्थे सी किन्ने सोने सोने घर है पता नहीं कहां डालते रहंदे ये वी आर डन विद किरबी रोड डन होगी बस ਬਾਏ ਬਾਏ ਪੁੱਤੋ ਉਦੋਂ ਬਹੁਤ ਡਰ ਲੱਗਾ ਸੀ ਐਂਟਰ ਕਰਦੇ ਸਾਰੇ ਹੁਣ ਨਹੀਂ ਇਹ ਜਦੋਂ ਪੂਰਾ ਖਤਮ ਹੋ ਗਿਆ ਉਦੋਂ ਨਹੀਂ ਡਰ ਲੱਗਦਾ ਅੱਗੇ ਆ ਵਾਪਸ ਚਲੋ ਮੈਂ ਨਹੀਂ ਜਾਣਾ ਇੱਥੋਂ ਇੱਥੋਂ ਟਰਨ ਲੈ ਲਓ ਆਪਾਂ ਵਾਪਸ ਜਾ ਰਹੇ ਹਾਂ ਵੀ ਆਰ ਡਨ ਨਹੀਂ ਹਾਲੇ ਕਿੱਥੇ ਜਾਣਾ ਮੰਮੀ ਦੱਸਾਂ ਮੰਮੀ ਇਹ ਮੈਨੂੰ ਧੱਕੇ ਨਾਲ ਲੈ ਕੇ ਜਾ ਰਹੇ ਇੱਧਰ ਇਫ ਤੁਸੀਂ ਲਿਸਨ ਕਰ ਇਹ ਮੈਂ ਤੁਹਾਡੇ ਚਪੇੜਾ ਲਾ ਲੈਣੀ ਆ ਮੈਨੂੰ ਹੁਣ ਗੁੱਸਾ ਆ ਜਿਹੜਾ ਡਰਾਉਂਦੇ ਪਏ ਮੈਨੂੰ ਰੁਕੋ ਕੀ ਹੈ ਤੇ ਯਾਰ ਚੱਲੋ ਵਾਪਸ ਦੇਖ ਲਿਆ ਮੈਂ ਕਿਰਬੀ ਰੋਡ ਆਮ ਡਨ ਇਹ ਵੈਸੇ ਇੱਥੇ ਆ ਦੇਖੋ ਲਾਈਟਸ ਚੱਲੀ ਜਾਂਦੀਆਂ ਬਸ ਵੈਸੇ ਲੋਕ ਰਹਿੰਦੇ ਇੱਥੇ ਮੈਨੂੰ ਡਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਟ ਮੈਂ ਨਹੀਂ ਡਰਿਆ ਉੱਪਰੋਂ ਮੇਰੇ ਬਾਲ ਖੁੱਲੇ ਓ ਮਾਈ ਗੋਡ ਬਾਬਾ ਜੀ ਮੇਰ ਕਰਿਓ ਬਾਬਾ ਜੀ ਹੈਗਾ ਯਾਰ ਕਿਰਬੀ ਰੋਡ ਡਰ ਨਹੀਂ ਕਹਿੰਦੇ ਉੱਨੀ ਕੀ ਸੀ ਉਹ ਤੋਂ ਵੱਡੀ ਆ ਬਹੁਤ ਜ਼ਿਆਦਾ ਹੈ ਚਲੋ ਫਿਰ ਵਾਪਸ ਚਲੀਏ ਮੈਨੂੰ ਭੁੱਖ ਬਹੁਤ ਲੱਗੀ ਕੀ ਅੱਗੇ ਯਾਰ ਤੁਹਾਨੂੰ ਸਮਝ ਨਹੀਂ ਆਉਂਦੀ ਚੱਲ ਪਾ ਵਾਪਸ ਇੰਨੀ ਗੰਦੀ ਤਰੀਕੇ ਨਾਲ ਡਰਾਇਆ ਹੈਗਾ ਕਿ ਗੱਡੀ ਦੇ ਪਿੱਛੇ ਖੁਸ਼ ਹੈਗਾ ਕੋਈ ਬੈਠਾ Oh my God! मैं व्लॉग भी नहीं शूट करना तो चलो काम डन हो गया मैं नहीं कर रही मैं कुछ भी नहीं कर रही मैनू ना दिखा मैं नहीं कर रही यार प्लीज चल पो मम्मी मम्मी धक्के ना ले गया मैं नहीं जाना तुम सोया चल पो तुम मम्मी की सोया चल पो हूं तो जाऊंगा ना मम्मी की सौ खा के तो जाएंगे चलो वी आर डन विद किरबी रोड लास्ट पॉइंट आ गया मम्मी गाने लाके मैं और तंग किया जा रहा था बंद भी नहीं होता पिया कोई गड्डी दिखी है ना आई एम गुड मेरा वीडियो बनाना इज बेटर देन टॉकिंग टू हिम मैंने गल करनी मम्मा तू मेरे वाल ना देखो ਮਤਲਬ ਠੀਕ ਆ ਮੈਂ ਪਹਿਲਾਂ ਵੀ ਆਈ ਹਾਂ ਇੱਥੇ ਇੰਨਾ ਜ਼ਿਆਦਾ ਨਹੀਂ ਡਰ ਲੱਗਾ ਮੇਬੀ ਉਦੋਂ ਉਹਨਾਂ ਨੇ ਡਰਾਇਆ ਨਹੀਂ ਇੰਨਾ ਬਟ ਹੁਣ ਮੇਰੇ ਤੋਂ ਬੋਲਿਆ ਵੀ ਨਹੀਂ ਜਾ ਰਿਹਾ ਝਾਕਦੇ ਕੀ ਇੱਥੇ ਫੇੜ ਪੈਣੀ ਇੱਕ ਤੁਹਾਡੇ ਹੁਣ ਓ ਸ਼ਿਟ ਬਾਬਾ ਜੀ ਅੱਜ ਤੋਂ ਵਾਪਸ ਆਓ ਚੱਲੋ ਯਾਰ ਚੱਲੀਏ ਘਰ ਜਾਣਾ ਮੈਨੂੰ ਭੁੱਖ ਲੱਗੀ ਆ ਮੈਂ ਸੋਣਾ ਮੇਰਾ ਮੂਡ ਠੀਕ ਹੋ ਗਿਆ ਮੈਂ ਸਵੇਰੇ ਕੰਮ ਤੇ ਜਾਣਾ ਚਲੋ ਇੱਧਰ ਨੂੰ ਨਹੀਂ ਬੁਲਾਣਾ ਇੱਧਰ ਇੱਧਰ ਗੱਡੀ ਕੀ ਆ ਯਾਰ ਇਹ ਹੋਰ ਅੱਗੇ ਲੈ ਕੇ ਜਾ ਰਿਹਾ ਮੈਨੂੰ ਹੁਣ ਸੱਚੀ ਗੁੱਸਾ ਚੜੀ ਜਾਂਦਾ ਮੰਮੀ ਪਰ ਮੈਨੂੰ ਕਿਹਾ ਜਾ ਰਿਹਾ ਮੇਰਾ ਨਾ ਸਿਰ ਭਾਰੀ ਹੋ ਰਿਹਾ ਓ ਫਾਈਨਲੀ ਆਪਾਂ ਬਾਹਰ ਆ ਗਏ ਆ ਤੇ ਮੈਨੂੰ ਸੁੱਖ ਦਾ ਸਾਹ ਆ ਦੇਖੋ ਸ਼ਹਿਰ ਕਿੱਦਾਂ ਦੀ ਨਾ ਲਾਈਟਾਂ ਵੈਸੇ ਲਾਈਟਸ ਕਹਿੰਦੇ ਆ ਪੰਜਾਬੀ ਚ ਆਪਾਂ ਲਾਈਟਾਂ ਕਹਿੰਦੇ ਆ ਦੇਖੋ ਕਿੰਨੇ ਬੱਲਬ ਜਾਓ ਜਗ ਮਗ ਅਸੀਂ ਕਿਰਬੀ ਰੋਡ ਤੋਂ ਬਾਹਰ ਆ ਚੁੱਕੇ ਹਾਂ ਐਂਡ ਜਿਹੜੇ ਭੂਤਾਂ ਵਾਲੇ ਜ਼ੋਨ ਤੋਂ ਵੀ ਅਸੀਂ ਬਾਹਰ ਆ ਚੁੱਕੇ ਹਾਂ ਮੈਨੂੰ ਬਹੁਤ ਜ਼ਿਆਦਾ ਗੰਦੇ ਵਾਲਾ ਡਰਾਇਆ ਗਿਆ ਵੈਸੇ ਮੈਨੂੰ ਡਰ ਨਹੀਂ ਲੱਗਦਾ ਕਸਮ ਨਾਲ ਨਹੀਂ ਡਰ ਲੱਗਦਾ ਬਟ ਅੱਜ
Like I have no words. No words मैं explain भी नहीं कर सकती भी की होया. But it was fun. मैं enjoy किया किरपी रोड नू. मतलब एक बार तो देखनी चाहिए आ. But देखने का फायदा है after one. मतलब एक बजे तो बाद देखो, क्योंकि मैं पहला आई सी तो लाइक कहते अराउंड 10-11 बजे, मे बी 12 बजे आई सी. सो उदो इन्ना ज़्यादा फन नहीं किया. एंड मेक श्योर ग्रुप ना आओ, जो ग्रुप आऊगा ना फिर मज़ा नहीं आना. जो बंदा कला कला आता ना, मतलब एटलीस्ट दो जाने आन तो ज़्यादा फन होगा, क्योंकि लास्ट टाइम असी ग्रुप गया सी, असी 4 जाने सी. सो इन्ना ज़्यादा फन नहीं सीगा उस टाइम तो. आप खड़ के घर दियाँ घर भी देखे सी, अंदर जा अंदर नहीं गए सी, मतलब वो थोड़ा वे देखा सी. बट इस बारी कुछ नहीं होया, बिकॉज मैनु बहुत गंदी तरीके ना डराया गया कि मैं लॉक कर लिया, लॉक दोबारा चेक कर रही है कि गड्डी अनलॉक तो नहीं हैगी. एंड आई वॉज ट्राइंग टू लाइक मैं अपने टाई करन दी कोशिश की अपने हेयर, बट मेरे को रबर बैंड नहीं सी. सो उपरों मैं ये मैं परफ्यूम लगाया. एंड कहते हैं कि भूतान मतलब भूत अट्रैक्ट होंगे, भूत वैसे मैं यकीन करती नहीं हाँ, बट इफ होंगे तो हम मैं क्या जाना. मेरा सिर फट रहा, सिर भारी हो गया. मेरा सिर भारी उदो ही होंगे जो भूत मेरे च भूतों का वास आ. मम्मी इन्हें च भूतों का वास आ, कड्डो इन भूतों का वास.